ਬੋਲੀਆਂ ਕਿਸ ਤਰ੍ਹਾਂ ਮਰ ਜਾਂਦੀਆਂ, ਕਿਸ ਤਰ੍ਹਾਂ ਖਤਮ ਹੋ ਜਾਂਦੀਆਂ, ਵੀ ਇਹਦੇ ਬਾਰੇ ਇੱਕ ਬਹੁਤ ਕਮਾਲ ਦੀ ਕਹਾਣੀ ਲਿਖੀ ਹੈ ਅਸ਼ਰਫ ਸੁਹੇਲ ਉਹਨਾਂ ਨੇ। ਅਸ਼ਰਫ ਸੁਹੇਲ ਲਹਿੰਦੇ ਪੰਜਾਬ ਦੇ ਰਹਿਣ ਵਾਲੇ ਹੈ ਅਤੇ ਇੱਕ ਬਾਲ ਰਸਾਲਾ ਕੱਢਦੇ ਹੈ ਪੰਖੇਰੂ। ਇਹਨਾਂ ਦੀ ਕਹਾਣੀ ਦਾ ਨਾਂ ਹੈ ਜਾਗਦੇ ਰਹਿਣਾ। ਕਹਾਣੀ ਇੱਦਾਂ ਹੈ ਬਈ, ਇੱਕ ਜੰਗਲ ਸੀ ਬਹੁਤ ਵੱਡਾ ਸ਼ੇਰਾਂ ਦਾ। ਉਹਦੇ ਵਿੱਚ ਸ਼ੇਰ ਘੁੰਮਦੇ ਸੀ, ਦਹਾੜਦੇ ਸੀ, ਆਪਣੀ ਬੋਲੀ ਬੋਲਦੇ ਸੀ, ਅਤੇ ਸ਼ੇਰਾਂ ਦੇ ਨਿਆਣੇ ਵੀ ਸ਼ੇਰਾਂ ਵਾਲੀ ਬੋਲੀ 'ਚ ਗੱਲਾਂ ਕਰਦੇ ਸੀ। ਡਰਦਾ ਕੋਈ ਹੋਰ ਜਾਨਵਰ ਜੰਗਲ ਦੇ ਨੇੜੇ ਨਹੀਂ ਜਾਂਦਾ ਸੀ। ਸ਼ੇਰਾਂ ਦੇ ਜੰਗਲ ਤੋਂ ਥੋੜ੍ਹੀ ਦੂਰ ਵੀ ਇੱਕ ਗਿੱਦੜਾਂ ਦਾ ਜੰਗਲ ਸੀ। ਉਹਦੇ 'ਚ ਗਿੱਦੜ ਰਹਿੰਦੇ ਸੀ ਅਤੇ ਗਿੱਦੜ ਆਪਣੀ ਬੋਲੀ ਬੋਲਦੇ ਸੀ। ਇੱਕ ਦਿਨ ਗਿੱਦੜਾਂ ਦਾ ਇੱਕ ਬਾਬਾ ਲੁਕਦਾ ਲੁਕਾਉਂਦਾ ਹੋਇਆ ਸ਼ੇਰਾਂ ਦੇ ਜੰਗਲ 'ਚ ਸ਼ੇਰਾਂ ਦੇ ਰਾਜੇ ਕੋਲ ਪਹੁੰਚ ਜਾਂਦਾ। ਉਹ ਜਾ ਕੇ ਉੱਥੇ ਸ਼ੇਰ ਨੂੰ ਕਹਿੰਦਾ, ਬੱਬਰ ਸ਼ੇਰ ਜਿਹੜਾ ਉਹਨਾਂ ਦਾ ਰਾਜਾ ਸੀ, ਕਹਿੰਦਾ ਜੀ ਤੁਸੀਂ ਬੇਸ਼ੱਕ ਮੈਨੂੰ ਬਾਅਦ 'ਚ ਖਾ ਲਿਓ, ਪਰ ਪਹਿਲਾਂ ਮੇਰੀ ਗੱਲ ਸੁਣ ਲਓ। ਉਹ ਰਾਜਾ ਕਹਿੰਦਾ ਉਹਨੂੰ ਸ਼ੇਰਾਂ ਦਾ, ਕਹਿੰਦਾ ਦੱਸ। ਉਹ ਕਹਿੰਦਾ ਜੀ ਗੱਲ ਇੱਦਾਂ ਵੀ ਮੈਂ ਤੁਹਾਡੇ ਕੋਲ ਇੱਕ ਰਜੋਈ ਲੈ ਕੇ ਆਇਆ। ਉਹ ਕਹਿੰਦਾ ਵੀ ਕੀ ਗੱਲ? ਉਹ ਕਹਿੰਦਾ ਦੇਖੋ ਜੀ, ਸਾਰੀ ਦੁਨੀਆ ਆਪਣੇ ਨਿਆਣਿਆਂ ਨੂੰ ਪੜ੍ਹਾ ਰਹੀ ਹੈ। ਬੰਦਾ ਦੇਖੋ ਆਪਣੇ ਨਿਆਣਿਆਂ ਨੂੰ ਪੜ੍ਹਾ ਰਿਹਾ ਅਤੇ ਪੜ੍ਹਾ ਕੇ ਉਸਦੇ ਨਿਆਣੇ ਇੰਨੇ ਸਮਝਦਾਰ ਸਿਆਣੇ ਹੋ ਗਏ ਵੀ ਉਹ ਤੁਹਾਡੇ ਵਰਗੇ ਰਾਜਿਆਂ ਨੂੰ, ਸ਼ੇਰਾਂ ਨੂੰ ਪਿੰਜਰਾਂ 'ਚ ਬੰਦ ਕਰਕੇ ਰੱਖਦੇ ਹੈ। ਇਹ ਸਾਰਾ ਪੜ੍ਹਾਈ ਦਾ ਕਮਾਲ ਹੈ। ਸੋ ਤੁਹਾਨੂੰ ਵੀ ਆਪਣੇ ਨਿਆਣਿਆਂ ਨੂੰ ਪੜ੍ਹਾਉਣਾ ਚਾਹੀਦਾ। ਤਾਂ ਸ਼ੇਰ ਕਹਿੰਦਾ ਬਈ ਗੱਲ ਇੱਦਾਂ ਹੈ, ਸ਼ੇਰ ਦੀ ਗੱਲ ਦਿਮਾਗ 'ਚ ਆ ਗਈ ਵੀ ਪੜ੍ਹਾਉਣਾ ਤਾਂ ਚਾਹੀਦਾ, ਪਰ ਮਸਲਾ ਇੱਦਾਂ ਹੈ ਵੀ ਸਾਡੇ ਕੋਲ ਪੜ੍ਹਾਉਣ ਵਾਲਾ ਕੋਈ ਉਸਤਾਦ ਨਹੀਂ ਹੈਗਾ ਵੀ ਕਿਵੇਂ ਪੜ੍ਹਾਈਏ ਆਪਣੇ ਨਿਆਣਿਆਂ ਨੂੰ। ਅਤੇ ਗਿੱਦੜ ਇਹ ਗੱਲ ਸੁਣ ਕੇ ਅੰਦਰੋਂ ਅੰਦਰ ਬੜਾ ਖੁਸ਼ ਹੋਇਆ ਅਤੇ ਉਹ ਸ਼ੇਰ ਨੂੰ ਕਹਿੰਦਾ, ਮਹਾਰਾਜ ਉਸਤਾਦ ਮੇਰੇ ਕੋਲ ਹੈਗਾ, ਬਹੁਤ ਵਧੀਆ ਉਸਤਾਦ, ਉਹ ਸਾਡੇ ਨਿਆਣਿਆਂ ਨੂੰ ਪੜ੍ਹਾਉਂਦਾ, ਤੁਹਾਡਿਆਂ ਨੂੰ ਵੀ ਬਹੁਤ ਕਮਾਲ ਪੜ੍ਹਾਏਗਾ। ਅਤੇ ਸ਼ੇਰ ਕਹਿੰਦਾ ਠੀਕ ਹੈ ਬਈ, ਤੂੰ ਕੱਲ੍ਹ ਨੂੰ ਇਸ ਤਰ੍ਹਾਂ ਕਰੀ, ਉਹ ਉਸਤਾਦ ਨੂੰ ਲੈ ਕੇ ਆਈ ਮੇਰੇ ਕੋਲ। ਗਿੱਦੜ ਚਲੇ ਗਿਆ ਜੀ ਅਤੇ ਅਗਲੇ ਦਿਨ ਉਹ ਫਿਰ ਉਸ ਉਸਤਾਦ ਨੂੰ ਆਪਣੇ ਨੂੰ ਲੈ ਕੇ ਸ਼ੇਰ ਕੋਲ ਚਲੇ ਗਿਆ। ਸ਼ੇਰ ਕਹਿੰਦਾ ਠੀਕ ਹੈ ਬਈ, ਅਤੇ ਉਸਨੇ ਆਪਣੇ ਸਾਰੇ ਬਾਲ ਇਕੱਠੇ ਕੀਤੇ ਜਿੰਨੇ ਵੀ ਸੀ, ਉਹ ਸਾਰੇ ਉਸ ਜਿਹੜਾ ਗਿੱਦੜ ਸੀ ਉਸਤਾਦ ਉਹਨਾਂ ਦਾ ਬਣਨ ਆਇਆ ਨਿਆਣਿਆਂ ਦਾ ਸ਼ੇਰਾਂ ਦੇ, ਉਹਦੇ ਹਵਾਲੇ ਕਰਤੇ ਜੰਗਲ 'ਚ, ਮਤਲਬ ਕਿ ਇੱਕ ਸਕੂਲ ਖੋਲ ਦਿੱਤਾ। ਅਤੇ ਸ਼ੇਰ ਨੇ ਸਾਰਾ ਖਾਣਾ ਦਾਣਾ ਉਹਦਾ ਹਵਾਲੇ ਉਹਦੇ ਹਿੱਲਿਆ ਕਰਤਾ ਪੂਰਾ ਉੱਥੇ। ਉਹ ਤੋਂ ਬਾਅਦ ਉਹ ਨਿਆਣਿਆਂ ਨੂੰ ਪੜ੍ਹਾਉਣ ਲੱਗ ਗਿਆ। ਹੁਣ ਸ਼ੇਰ ਦੇ ਨਿਆਣੇ ਸੀਗੇ ਜਿਹੜੇ, ਉਹ ਸ਼ੇਰਾਂ ਵਾਲੀ ਬੋਲੀ ਸਮਝਦੇ ਸੀ, ਸ਼ੇਰ ਵਾਲੀ ਬੋਲੀ ਬੋਲਦੇ ਸੀ। ਹੁਣ ਗਿੱਦੜ ਦੀ ਬੋਲੀ ਜਿਹੜੀ ਹੈ ਉਹਦਾ ਕੋਈ ਮੇਲ ਨਹੀਂ ਸੀ ਨਹੀਂ ਸ਼ੇਰਾਂ ਨਾਲ, ਪਰ ਉਹ ਨਿਆਣੇ ਸੀ ਅਤੇ ਸ਼ੇਰ ਜਿਹੜਾ ਗਿੱਦੜ ਸੀ ਉਹ ਵੱਡਾ ਸੀ। ਅਤੇ ਫਿਰ ਜਦੋਂ ਗਿੱਦੜ ਉੱਪਰ ਨੂੰ ਮੂੰਹ ਕਰ ਗਏ, ਆਊਂ ਆਊਂ ਕਰਿਆ ਕਰੇ, ਊਂ ਆ ਊਂ ਆ, ਉਹ ਸ਼ੇਰਾਂ ਦੇ ਨਿਆਣਿਆਂ ਨੂੰ ਸਮਝ ਨਾ ਆਇਆ ਕਰੇ ਵੀ ਕੀ ਬੋਲਦਾ। ਫਿਰ ਉਹ ਗਿੱਦੜ ਜਿਹੜਾ ਹੈਗਾ ਸ਼ੇਰਾਂ ਦੇ ਨਿਆਣਿਆਂ ਨੂੰ ਕੁੱਟਿਆ ਕਰੇ, ਉਹਨਾਂ ਨੂੰ ਠੁੱਡੇ ਮਾਰਿਆ ਕਰੇ ਵੀ ਮੇਰੇ ਵਾਲੀ ਬੋਲੀ ਬੋਲੋ। ਫਿਰ ਹੌਲੀ ਹੌਲੀ ਜੀ ਉਹ ਬੋਲੀ ਸਿੱਖਣ ਲੱਗ ਗਏ ਸ਼ੇਰਾਂ ਦੇ ਨਿਆਣੇ ਗਿੱਦੜ ਦੀ ਬੋਲੀ। ਅਤੇ ਕਹਿੰਦੇ ਗਿੱਦੜ ਦੀ ਬੋਲੀ ਸਿੱਖਦੇ ਸਿੱਖਦੇ ਇੱਕ ਦਿਨ ਸੱਚੀ ਨੂੰ ਉੱਦਾਂ ਦੀ ਬੋਲੀ ਬੋਲਣ ਲੱਗ ਗਏ ਜਿੱਦਾਂ ਦੀ ਗਿੱਦੜ ਬੋਲਦਾ ਸੀ। ਅਤੇ ਥੋੜ੍ਹੇ ਜਿਹੇ ਸਾਲਾਂ 'ਚ ਹੀ ਉਹ ਸਕੂਲ 'ਚੋਂ ਨਿਆਣੇ ਨਿਕਲਦੇ ਗਏ, ਅੰਦਰ ਜੰਗਲ ਦੇ ਵਿੱਚ ਜਾਂਦੇ ਰਹੇ ਅਤੇ ਫਿਰ ਉਹ ਸਾਰੇ ਗਿੱਦੜਾਂ ਵਾਲੀ ਬੋਲੀ ਬੋਲਣ ਲੱਗ ਗਏ, ਉਹ ਸ਼ੇਰਾਂ ਦੇ ਨਿਆਣੇ। ਅਤੇ ਉਹ ਸ਼ੇਰਾਂ ਦਾ ਜੰਗਲ ਗਿੱਦੜਾਂ ਨਾਲ ਭਰ ਗਿਆ। ਪਰ ਕਹਿੰਦੇ ਉੱਥੇ ਹੁਣ ਵੀ ਕਦੇ ਕਦੇ ਕੋਈ ਬੁੱਢਾ ਸ਼ੇਰ ਦਹਾੜਦਾ ਅਤੇ ਕਹਿੰਦਾ ਵੀ ਜਾਗਦੇ ਰਹਿਣਾ ਬਈ, ਪਰ ਕਹਿੰਦੇ ਉਹਦੀ ਬੋਲੀ ਆਪਣੀ ਜਿਹੜੀ ਅੱਗੇ ਬੋਲਦੀ ਸੀ ਨਿਆਣਿਆਂ ਦੀ, ਉਹ ਗਿੱਦੜਾਂ ਦੀ ਬੋਲੀ ਹੋ ਗਈ, ਤਾਂ ਉਹਦੇ 'ਚ ਗੁੰਮ ਹੋ ਜਾਂਦੀ ਹੈ, ਨਾ ਹੀ ਉਹਨੂੰ ਗਿੱਦੜਾਂ ਨੂੰ ਸ਼ੇਰਾਂ ਨਿਆਣੇ ਜਿਹੜੇ ਗਿੱਦੜ ਬਣ ਗਏ ਉਹ ਸ਼ੇਰ ਦੀ ਬੋਲੀ ਸਮਝ ਆਉਂਦੀ ਹੈ। ਸੋ ਗਿੱਦੜ ਨੇ ਬੜੀ ਚਲਾਕੀ ਨਾਲ ਸ਼ੇਰਾਂ ਨੂੰ ਉਹਨਾਂ ਦੇ ਆਪਣੇ ਹੀ ਇਲਾਕੇ 'ਚ ਆਪਣੇ ਹੀ ਗੜ੍ਹ ਦੇ ਵਿੱਚ ਘੱਟ ਗਿਣਤੀ 'ਚ ਕਰਤਾ, ਉਹਨਾਂ ਨੂੰ ਮੁਸੀਬਤ 'ਚ ਪਾਤਾ, ਉਹਨਾਂ ਦੀ ਜਿਹੜੀ ਹੈਗੀ ਹੈ ਗੜ੍ਹ ਤਬਾਹ ਕਰਤਾ। ਅਤੇ ਅਸ਼ਰਫ ਸੁਹੇਲ ਨੇ ਬਹੁਤ ਕਮਾਲ ਲਿਖਿਆ, ਕਹਿੰਦਾ ਸੋਚ ਕੇ ਦੇਖਿਓ ਕਿਤੇ ਤੁਹਾਡੇ ਨਿਆਣਿਆਂ ਨਾਲ ਤਾਂ ਨਹੀਂ ਇਸ ਤਰ੍ਹਾਂ ਹੋ ਰਿਹਾ।